ਹੈਲੋ ਬੱਚੋ, ਇਸ ਐਪੀਸੋਡ ਵਿੱਚ ਤੁਸੀਂ ਕੈਪੀਟਲ ਮਾਰਕੀਟ ਦੇ ਮੀਨਿੰਗ, ਨੇਚਰ, ਟਾਈਪਸ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਮਾਰਕੀਟ ਵਿੱਚ ਅੰਤਰ ਬਾਰੇ ਸਿੱਖੋਗੇ। ਕੈਪੀਟਲ ਮਾਰਕੀਟ ਸਪਲਾਇਰਸ ਅਤੇ ਫੰਡਸ ਦੇ ਯੂਜ਼ਰਸ, ਏਜੰਸੀਜ਼ ਅਤੇ ਇੰਸਟੀਟਿਊਸ਼ਨਸ ਜਿਹੜੇ ਫੰਡਸ ਦੇ ਫਲੋ ਵਿੱਚ ਸਹਾਇਕ ਹੁੰਦੇ ਹਨ ਤੋਂ ਬਣੀ ਇੱਕ ਆਰਗੇਨਾਈਜ਼ਡ ਮਾਰਕੀਟ ਹੈ। ਫੰਡਸ ਦੇ ਸਪਲਾਇਰਸ ਵਿੱਚ ਸ਼ਾਮਿਲ ਹਨ ਬੈਂਕਸ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਇਨਵੈਸਟਿੰਗ ਪਬਲਿਕ, ਪ੍ਰੋਵੀਡੈਂਟ ਫੰਡ, ਇੰਸ਼ੋਰੈਂਸ ਕੰਪਨੀਜ਼, ਮਿਊਚੁਅਲ ਫੰਡ ਆਦਿ। ਫੰਡਸ ਦੇ ਯੂਜ਼ਰਸ ਬਿਜ਼ਨਸ ਐਂਟਰਪ੍ਰਾਈਜ਼ਸ, ਗਵਰਨਮੈਂਟ ਅਤੇ ਸੈਮੀ ਗਵਰਨਮੈਂਟ ਏਜੰਸੀਜ਼ ਆਦਿ ਤੋਂ ਬਣਦੇ ਹਨ। ਇਸ ਪ੍ਰਕਾਰ ਕੈਪੀਟਲ ਮਾਰਕੀਟ ਇੱਕ ਇੰਸਟੀਟਿਊਸ਼ਨਲ ਅਰੇਂਜਮੈਂਟ ਹੈ ਜਿਸ ਦੁਆਰਾ ਦੇਸ਼ ਵਿੱਚ ਰੇਸ ਕੀਤੀਆਂ ਸੇਵਿੰਗਸ ਨੂੰ ਇਨਵੈਸਟਮੈਂਟ ਦੇ ਐਵੇਨਿਊਜ਼ ਵਿੱਚ ਚੈਨਲਾਈਜ਼ ਕੀਤਾ ਗਿਆ ਹੈ। ਕੈਪੀਟਲ ਮਾਰਕੀਟ ਵਿੱਚ ਇਕੁਇਟੀ ਅਤੇ ਡੈਟ ਨੂੰ ਸ਼ੇਅਰਸ, ਸਟਾਕ, ਬੌਂਡ, ਮੋਰਗੇਜਸ, ਗਵਰਨਮੈਂਟ ਸਿਕਿਉਰਿਟੀਜ਼ ਆਦਿ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਫੰਡਸ ਦੇ ਸਪਲਾਇਰਸ ਸਪਲਾਈ ਸਾਈਡ ਨੂੰ ਤਿਆਰ ਕਰਦੇ ਹਨ, ਜਦੋਂ ਕਿ ਫੰਡਸ ਦੇ ਯੂਜ਼ਰਸ ਕੈਪੀਟਲ ਮਾਰਕੀਟ ਦੀ ਡਿਮਾਂਡ ਸਾਈਡ ਨੂੰ ਤਿਆਰ ਕਰਦੇ ਹਨ। ਕੈਪੀਟਲ ਮਾਰਕੀਟ ਇੱਕ ਮਾਰਕੀਟ ਹੈ ਜਿਸ ਵਿੱਚ ਪੈਸੇ ਦੀ ਬਹੁਤ ਸਾਰੀ ਰਾਸ਼ੀ ਨੂੰ ਇਨਵੈਸਟ ਜਾਂ ਮੀਡੀਅਮ ਪੀਰੀਅਡ ਅਤੇ ਲੌਂਗ ਟਰਮ ਲਈ ਬੋਰੋ ਕੀਤਾ ਜਾਂਦਾ ਹੈ। ਇੱਕ ਕੈਪੀਟਲ ਮਾਰਕੀਟ ਵਿੱਚ ਇਨਵੈਸਟਰਸ ਆਪਣੇ ਸਰਪਲਸ ਫੰਡਸ ਨੂੰ ਖਰਚ ਕਰਦੇ ਹਨ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾ ਸਕਣ। ਉਹ ਆਪਣੇ ਪੈਸੇ ਨੂੰ ਸ਼ੇਅਰਸ, ਡਿਬੈਂਚਰਸ, ਗਵਰਨਮੈਂਟ ਸਿਕਿਉਰਿਟੀਜ਼ ਆਦਿ ਵਿੱਚ ਖਰਚ ਕਰਦੇ ਹਨ। ਇਸੇ ਤਰ੍ਹਾਂ ਬੋਰੋਅਰਸ ਬੈਂਕ ਤੋਂ ਰੀਜ਼ਨੇਬਲ ਕੋਸਟ 'ਤੇ ਪੈਸਾ ਰੇਸ ਕਰ ਸਕਦੇ ਹਨ। ਉਹ ਫੰਡਸ ਨੂੰ ਸ਼ੇਅਰਸ, ਡਿਬੈਂਚਰਸ, ਬੌਂਡਸ ਅਤੇ ਦੂਜੇ ਫਾਈਨੈਂਸ਼ੀਅਲ ਇੰਸਟਰੂਮੈਂਟਸ ਤੋਂ ਰੇਸ ਕਰ ਸਕਦੇ ਹਨ। ਇਸ ਪ੍ਰਕਾਰ ਇੱਕ ਕੈਪੀਟਲ ਮਾਰਕੀਟ ਫੋਰਮ ਹੈ ਜਿਹੜੀ ਇਨਵੈਸਟਰਸ ਤੋਂ, ਜਿਨ੍ਹਾਂ ਕੋਲ ਫੰਡਸ ਹੁੰਦੇ ਹਨ, ਤੋਂ ਬੋਰੋਅਰਸ ਨੂੰ ਜਿਨ੍ਹਾਂ ਨੂੰ ਫੰਡਸ ਦੀ ਡਿਮਾਂਡ ਹੁੰਦੀ ਹੈ ਤੱਕ ਪਾਸ ਕਰਾਉਣ ਦੇ ਯੋਗ ਹੁੰਦੀ ਹੈ। ਇਹ ਆਰਗੇਨਾਈਜੇਸ਼ਨਸ ਅਤੇ ਇੰਸਟੀਟਿਊਸ਼ਨਲ ਅਰੇਂਜਮੈਂਟਸ ਨਾਲ ਸੰਬੰਧ ਰੱਖਦੀ ਹੈ ਜਿਹੜੇ ਬੋਰੋਅਰਸ ਨੂੰ ਆਪਣੀਆਂ ਐਕਟੀਵਿਟੀਜ਼ ਲਈ ਜ਼ਰੂਰੀ ਫੰਡ ਰੇਸ ਕਰਨ ਦੇ ਯੋਗ ਬਣਾਉਂਦੀ ਹੈ। ਇਹ ਵੱਖ ਵੱਖ ਚੈਨਲਸ ਤੋਂ ਬਣਦੀ ਹੈ ਜਿਸ ਦੁਆਰਾ ਲੋਕਾਂ ਦੀਆਂ ਸੇਵਿੰਗਸ ਨੂੰ ਬਿਜ਼ਨਸਮੈਨ ਅਤੇ ਹੋਰਨਾਂ ਲਈ ਉਪਲਬਧ ਕਰਾਇਆ ਜਾਂਦਾ ਹੈ। ਕੈਪੀਟਲ ਮਾਰਕੀਟ ਵਿੱਚ ਹੇਠ ਲਿਖੇ ਸ਼ਾਮਿਲ ਹਨ। ਨਵੇਂ ਸ਼ੇਅਰਸ ਨੂੰ ਜਾਰੀ ਕਰਨ ਦੁਆਰਾ ਨਵੀਂ ਕੈਪੀਟਲ ਰੇਸ ਕਰਨਾ, ਨਵੇਂ ਡਿਵੈਂਚਰਸ ਨੂੰ ਜਾਰੀ ਕਰਨ ਕਰਕੇ ਬੋਰੋਇੰਗਸ ਨੂੰ ਰੇਸ ਕਰਨਾ, ਇਨਲੈਂਡ ਅਤੇ ਫੋਰਨ ਬੈਂਕ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੁਆਰਾ ਲੌਂਗ ਟਰਮ ਲੋਨਸ ਰੇਸ ਕਰਨਾ। ਕੈਪੀਟਲ ਮਾਰਕੀਟ ਦੇ ਵੱਖ ਵੱਖ ਐਲੀਮੈਂਟਸ ਹਨ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਇਨਵੈਸਟਰਸ, ਸਿਕਿਉਰਿਟੀਜ਼ ਅਤੇ ਇੰਟਰਮੀਡੀਏਰੀਜ਼। ਕੈਪੀਟਲ ਮਾਰਕੀਟ ਇੱਕ ਪਰਟੀਕੁਲਰ ਪਲੇਸ 'ਤੇ ਸਥਿਤ ਨਹੀਂ ਹੁੰਦੀ। ਇਹ ਲੰਮੀਆਂ ਫਾਈਨੈਂਸ਼ੀਅਲ ਨੀਡਸ ਨੂੰ ਰੇਸ ਕਰਨ ਲਈ ਸੋਰਸਿਸ ਦਾ ਕੁੱਲ ਸਮੂਹ ਹੈ। ਕੈਪੀਟਲ ਮਾਰਕੀਟ ਦੇ ਨੇਚਰ ਜਾਂ ਕੈਰੇਕਟਰਿਸਟਿਕਸ ਨੂੰ ਹੇਠ ਲਿਖੇ ਅਨੁਸਾਰ ਦਰਸਾਇਆ ਜਾ ਸਕਦਾ ਹੈ। ਸੋਰਸ ਆਫ ਲੌਂਗ ਟਰਮ ਫੰਡਸ। ਕੈਪੀਟਲ ਮਾਰਕੀਟ ਲੌਂਗ ਟਰਮ ਦੇ ਸੋਰਸਿਸ ਨੂੰ ਰੇਸ ਕਰਨ ਲਈ ਹੈ ਜਿਹੜੇ ਪ੍ਰੋਡਕਟਿਵ ਇਨਵੈਸਟਮੈਂਟ ਚਾਹੁੰਦੇ ਹਨ। ਇਨਵੈਸਟਮੈਂਟ 1 ਸਾਲ ਤੋਂ ਜ਼ਿਆਦਾ ਲਈ ਹੋਣੀ ਚਾਹੀਦੀ ਹੈ। ਡੀਲਸ ਇਨ ਇਕੁਇਟੀ ਐਂਡ ਡੈਟ ਇੰਸਟਰੂਮੈਂਟਸ। ਕੈਪੀਟਲ ਮਾਰਕੀਟ ਨੂੰ ਆਪਣੀ ਕੈਪੀਟਲ ਅਤੇ ਬੋਰੋਡ ਫੰਡ ਰੇਸ ਕਰਨ ਲਈ ਵਰਤਿਆ ਜਾਂਦਾ ਹੈ। ਓਨਡ ਕੈਪੀਟਲ ਸ਼ੇਅਰਸ ਦੇ ਰੂਪ ਵਿੱਚ ਹੋ ਸਕਦੀ ਹੈ, ਜਦੋਂ ਕਿ ਬੋਰੋਡ ਫੰਡਸ ਡਿਬੈਂਚਰਸ, ਬੌਂਡ ਜਾਂ ਲੌਂਗ ਟਰਮ ਲੋਨਸ ਦੇ ਰੂਪ ਵਿੱਚ ਹੋ ਸਕਦੀ ਹੈ।
ਪ੍ਰਾਇਮਰੀ ਐਂਡ ਸੈਕੰਡਰੀ ਮਾਰਕੀਟਸ। ਕੈਪੀਟਲ ਮਾਰਕੀਟ ਪ੍ਰਾਇਮਰੀ ਅਤੇ ਸੈਕੰਡਰੀ ਮਾਰਕੀਟ ਤੋਂ ਬਣਦੀ ਹੈ। ਪ੍ਰਾਇਮਰੀ ਮਾਰਕੀਟ ਨਵੇਂ ਸ਼ੇਅਰ ਅਤੇ ਮਿਊਚੁਅਲ ਫੰਡਸ ਨਾਲ ਡੀਲ ਕਰਦੀ ਹੈ, ਜਦੋਂ ਕਿ ਪੁਰਾਣੇ ਸ਼ੇਅਰ ਅਤੇ ਡਿਬੈਂਚਰਸ ਦਾ ਸੈਕੰਡਰੀ ਮਾਰਕੀਟ ਵਿੱਚ ਵਪਾਰ ਕੀਤਾ ਜਾਂਦਾ ਹੈ, ਭਾਵ ਕਿ ਸਟਾਕ ਐਕਸਚੇਂਜਸ। ਫਾਈਨੈਂਸ਼ੀਅਲ ਮਿਡਲਮੈਨ ਬੋਰੋਵਰਸ ਅਤੇ ਇਨਵੈਸਟਰਸ ਤੋਂ ਇਲਾਵਾ ਕੈਪੀਟਲ ਮਾਰਕੀਟ ਫਾਈਨੈਂਸ਼ੀਅਲ ਮਿਡਲਮੈਨ ਜਿਵੇਂ ਕਿ ਬੈਂਕਸ, ਮਰਚੈਂਟ ਬੈਂਕਰਸ, ਬ੍ਰੋਕਰਸ ਆਦਿ ਤੋਂ ਬਣਦੇ ਹਨ। ਉਹ ਬੋਰੋਵਰਸ ਅਤੇ ਇਨਵੈਸਟਰਸ ਵਿਚਕਾਰ ਇੱਕ ਲਿੰਕ ਦੇ ਤੌਰ 'ਤੇ ਕੰਮ ਕਰਦੇ ਹਨ। ਸਕੈਟਰਡ ਐਂਡ ਸੈਂਟਰਲ ਪਲੇਸਿਸ ਫੋਰ ਐਕਟੀਵਿਟੀਜ਼। ਸਟਾਕ ਐਕਸਚੇਂਜਸ ਮੁੱਖ ਥਾਵਾਂ ਹਨ ਜਿੱਥੇ ਸਿਕਿਉਰਿਟੀਜ਼ ਦਾ ਵਪਾਰ ਕੀਤਾ ਜਾਂਦਾ ਹੈ। ਨੈਸ਼ਨਲ ਸਟਾਕ ਐਕਸਚੇਂਜ ਅਤੇ ਓਵਰ ਦਾ ਕਾਊਂਟਰ ਐਕਸਚੇਂਜ ਆਫ ਇੰਡੀਆ ਕੰਪਿਊਟਰਸ ਅਤੇ ਇੰਟਰਨੈਟ ਦੁਆਰਾ ਅਲੱਗ ਅਲੱਗ ਸਥਾਨਾਂ 'ਤੇ ਟ੍ਰਾਂਜੈਕਸ਼ਨਸ ਕਰਨ ਵਿੱਚ ਮਦਦ ਕਰਦੇ ਹਨ। ਇਨਫੋਰਮੇਸ਼ਨ ਆਫ ਇਨਵੈਸਟਰਸ। ਕੈਪੀਟਲ ਮਾਰਕੀਟ ਇਨਵੈਸਟਰਸ ਨੂੰ ਯੂਸਫੁਲ ਇਨਫੋਰਮੇਸ਼ਨ ਦਿੰਦੀ ਹੈ। ਇਹ ਇਨਫੋਰਮੇਸ਼ਨ ਇਨਵੈਸਟਮੈਂਟ ਦੇ ਪੈਟਰਨ ਅਤੇ ਡਾਇਰੈਕਸ਼ਨ ਨੂੰ ਪ੍ਰਭਾਵਿਤ ਕਰਦੀ ਹੈ। ਸੇਵਿੰਗਸ ਨੂੰ ਉਹਨਾਂ ਏਰੀਆਜ਼ ਵੱਲ ਡਾਇਵਰਟ ਕੀਤਾ ਜਾ ਸਕਦਾ ਹੈ ਜਿੱਥੇ ਜ਼ਿਆਦਾ ਪ੍ਰੋਫਿਟ ਹੋਵੇ। ਮੋਬਿਲਾਈਜੇਸ਼ਨ ਆਫ ਸੇਵਿੰਗਸ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਇਨਵੈਸਟਰਸ ਨੂੰ ਭਿੰਨ ਸਕੀਮਸ ਪੇਸ਼ ਕਰਕੇ ਸੇਵਿੰਗਸ ਨੂੰ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਸੇਵਿੰਗਸ ਨੂੰ ਇਨਵੈਸਟਮੈਂਟ ਲਈ ਕੈਪੀਟਲ ਮਾਰਕੀਟ ਵਿੱਚ ਉਪਲਬਧ ਕਰਾਇਆ ਜਾਂਦਾ ਹੈ। ਕੈਪੀਟਲ ਮਾਰਕੀਟ ਸੇਵਿੰਗਸ ਅਤੇ ਪ੍ਰੋਡਕਟਿਵ ਇਨਵੈਸਟਮੈਂਟਸ ਲਈ ਮੁੱਖ ਮੋਬਿਲਾਈਜ਼ਰ ਦੇ ਤੌਰ 'ਤੇ ਕੰਮ ਕਰਦਾ ਹੈ। ਫਲੋ ਆਫ ਕੈਪੀਟਲ। ਕੈਪੀਟਲ ਮਾਰਕੀਟ ਇੱਕ ਫੋਰਮ ਹੈ ਜਿਹੜਾ ਇਨਵੈਸਟਰਸ ਤੋਂ ਬੋਰੋਵਰਸ ਲਈ ਕੈਪੀਟਲ ਦੇ ਫਲੋ ਨੂੰ ਫੈਸਿਲੀਟੇਟ ਕਰਦਾ ਹੈ। ਇਨਵੈਸਟਰਸ ਆਪਣੇ ਇਨਵੈਸਟਮੈਂਟ 'ਤੇ ਵੱਧ ਪ੍ਰੋਫਿਟ ਕਮਾਉਣ ਦੀ ਆਸ ਨਾਲ ਫੰਡ ਸਪਲਾਈ ਕਰਦੇ ਹਨ। ਬੋਰੋਵਰਸ ਆਪਣੀਆਂ ਫਾਈਨੈਂਸ਼ੀਅਲ ਨੀਡਸ ਨੂੰ ਪੂਰਾ ਕਰਨ ਲਈ ਰੀਜ਼ਨੇਬਲ ਕੋਸਟ 'ਤੇ ਫੰਡ ਲੱਭਦੇ ਹਨ। ਡਿਮਾਂਡ ਐਂਡ ਸਪਲਾਈ। ਕੈਪੀਟਲ ਮਾਰਕੀਟ ਵਿੱਚ ਹਾਲਤਾਂ ਕੈਪੀਟਲ ਦੀ ਡਿਮਾਂਡ ਅਤੇ ਸਪਲਾਈ ਵਿਚਕਾਰ ਇੰਟਰੈਕਸ਼ਨ ਦਾ ਨਤੀਜਾ ਹੁੰਦੀਆਂ ਹਨ। ਕੈਪੀਟਲ ਦੀ ਡਿਮਾਂਡ ਬੋਰੋਵਰਸ ਤੋਂ ਰੇਜ਼ ਹੁੰਦੀ ਹੈ, ਜਿਸ ਦੀ ਇਨਵੈਸਟਰਸ ਦੁਆਰਾ ਸਪਲਾਈ ਉਪਲਬਧ ਕਰਵਾਈ ਜਾਂਦੀ ਹੈ। ਲਿਕੁਇਡਿਟੀ। ਇੱਕ ਕੈਪੀਟਲ ਮਾਰਕੀਟ ਸਿਕਿਉਰਿਟੀਜ਼ ਵਿੱਚ ਇਨਵੈਸਟਮੈਂਟ ਲਈ ਲਿਕੁਇਡਿਟੀ ਪ੍ਰਦਾਨ ਕਰਦੀ ਹੈ। ਬੋਰੋਵਰਸ ਦੁਆਰਾ ਜਾਰੀ ਸਿਕਿਉਰਿਟੀਜ਼ ਫਾਈਨੈਂਸ ਰੇਸ ਕਰਨ ਲਈ ਨੈਗੋਸ਼ੀਏਬਲ ਹੁੰਦੀਆਂ ਹਨ। ਇਸ ਲਈ ਇਨਵੈਸਟਰਸ ਉਹਨਾਂ ਨੂੰ ਵੇਚ ਸਕਦੇ ਹਨ ਜਦੋਂ ਉਹਨਾਂ ਨੂੰ ਕੈਸ਼ ਦੀ ਲੋੜ ਹੋਵੇ। ਆਓ ਹੁਣ ਅਸੀਂ ਕੈਪੀਟਲ ਮਾਰਕੀਟ ਦੀਆਂ ਕੈਟੇਗਰੀਜ਼ ਜਾਂ ਟਾਈਪਸ ਬਾਰੇ ਚਰਚਾ ਕਰਦੇ ਹਾਂ। ਕੈਪੀਟਲ ਮਾਰਕੀਟ ਨੂੰ ਦੋ ਕੈਟੇਗਰੀਜ਼ ਵਿੱਚ ਵੰਡਿਆ ਜਾ ਸਕਦਾ ਹੈ, ਆਰਗੇਨਾਈਜ਼ਡ ਕੈਪੀਟਲ ਮਾਰਕੀਟ, ਅਨਆਰਗੇਨਾਈਜ਼ਡ ਕੈਪੀਟਲ ਮਾਰਕੀਟ। ਆਰਗੇਨਾਈਜ਼ਡ ਕੈਪੀਟਲ ਮਾਰਕੀਟ ਨੂੰ ਪ੍ਰਾਇਮਰੀ ਮਾਰਕੀਟ, ਸੈਕੰਡਰੀ ਮਾਰਕੀਟ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵਿੱਚ ਵੰਡਿਆ ਜਾ ਸਕਦਾ ਹੈ। ਅਨਆਰਗੇਨਾਈਜ਼ਡ ਕੈਪੀਟਲ ਮਾਰਕੀਟ ਇੰਡੀਜੀਨੀਅਸ ਬੈਂਕਿੰਗ ਇਨ ਟਾਊਨਸ, ਮਨੀ ਲੈਂਡਰਸ ਇਨ ਰੂਰਲ ਏਰੀਆਜ਼, ਪ੍ਰਾਈਵੇਟ ਲੀਜ਼ਿੰਗ ਕੰਪਨੀਜ਼ ਅਤੇ ਫਾਈਨੈਂਸ ਕੰਪਨੀਜ਼, ਚਿਟਫੰਡ ਕੰਪਨੀਜ਼, ਇਨਵੈਸਟਮੈਂਟ ਕੰਪਨੀਜ਼ ਆਦਿ ਦੁਆਰਾ ਬਣਦੀ ਹੈ। ਉਹ ਸੇਵਿੰਗਸ ਨੂੰ ਮੋਬਿਲਾਈਜ਼ ਕਰਦੀਆਂ ਹਨ ਅਤੇ ਉਹਨਾਂ ਨੂੰ ਇਨਵੈਸਟਮੈਂਟਸ ਵਿੱਚ ਚੈਨਲਾਈਜ਼ ਕਰਦੀਆਂ ਹਨ। ਇਸ ਮੋਡਿਊਲ ਵਿੱਚ ਸਾਡਾ ਧਿਆਨ ਆਰਗੇਨਾਈਜ਼ਡ ਕੈਪੀਟਲ ਮਾਰਕੀਟ 'ਤੇ ਕੇਂਦਰਿਤ ਹੋਏਗਾ। ਆਓ ਅਸੀਂ ਪਹਿਲਾਂ ਪ੍ਰਾਇਮਰੀ ਮਾਰਕੀਟ 'ਤੇ ਚਰਚਾ ਕਰਦੇ ਹਾਂ। ਪ੍ਰਾਇਮਰੀ ਮਾਰਕੀਟ ਨੂੰ ਨਿਊ ਇਸ਼ੂ ਮਾਰਕੀਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਾਰਕੀਟ ਨਵੀਆਂ ਸਿਕਿਉਰਿਟੀਜ਼ ਦੇ ਜਾਰੀ ਕਰਨ ਨਾਲ ਬਣਦੀ ਹੈ, ਭਾਵ ਕਿ ਸ਼ੇਅਰਸ, ਡਿਬੈਂਚਰਸ, ਬੋਂਡਸ ਆਦਿ, ਜੋ ਕਿ ਪਹਿਲਾਂ ਕਦੇ ਵੀ ਜਾਰੀ ਨਹੀਂ ਕੀਤੀਆਂ ਹੁੰਦੀਆਂ। ਨਿਊ ਇਸ਼ੂਜ਼ ਮਾਰਕੀਟ ਦੇ ਮੁੱਖ ਕੰਮ ਵਿਲਿੰਗ ਇਨਵੈਸਟਰਸ ਤੋਂ ਫੰਡਸ ਦੇ ਟ੍ਰਾਂਸਫਰ ਨੂੰ ਫੈਸਿਲੀਟੇਟ ਕਰਨ ਲਈ ਐਂਟਰਪ੍ਰੀਨਿਓਰਸ ਨੂੰ
ਕਾਰਪੋਰੇਟ ਐਂਟਰਪ੍ਰਾਈਜ਼ ਸਥਾਪਿਤ ਕਰਨ ਜਾਂ ਐਕਸਪੈਂਸ਼ਨ ਦੇ ਲਈ, ਡਾਇਵਰਸੀਫਿਕੇਸ਼ਨ ਦੇ ਲਈ, ਗਰੋਥ ਜਾਂ ਮਾਡਰਨਾਈਜੇਸ਼ਨ ਨੂੰ ਸਹੂਲਤ ਦੇਣਾ ਹੁੰਦਾ ਹੈ। ਕਾਰਪੋਰੇਟ ਐਂਟਰਪ੍ਰਾਈਜ਼ ਲਈ ਉਹਨਾਂ ਦੇ ਫੰਡਸ ਨੂੰ ਸੰਭਾਲਣ ਤੋਂ ਇਲਾਵਾ, ਨਿਊ ਇਸ਼ੂਜ਼ ਮਾਰਕੀਟ, ਇੰਡੀਵਿਜੁਅਲਸ ਅਤੇ ਦੂਜਿਆਂ ਦੇ ਇਨਵੈਸਟਮੈਂਟਸ ਵਿੱਚ ਸੇਵਿੰਗਸ ਨੂੰ ਚੈਨਲਾਈਜ਼ ਕਰਦੀ ਹੈ। ਪ੍ਰਾਇਮਰੀ ਮਾਰਕੀਟ ਵਿੱਚ ਲੌਂਗ ਟਰਮ ਦੇ ਇੰਸਟਰੂਮੈਂਟਸ ਸ਼ਾਮਿਲ ਹਨ, ਜਿਵੇਂ ਕਿ ਇਕੁਇਟੀ ਸ਼ੇਅਰ, ਡਿਬੈਂਚਰ, ਬੌਂਡਸ, ਪ੍ਰੈਫਰੈਂਸ ਸ਼ੇਅਰਸ ਜਾਂ ਦੂਜੇ ਇਨੋਵੇਟਿੰਗ ਇੰਸਟਰੂਮੈਂਟਸ। ਇਹਨਾਂ ਸਿਕਿਉਰਿਟੀਜ਼ ਨੂੰ ਹੇਠ ਲਿਖੇ ਕਿਸੇ ਮੈਥਡ ਦੇ ਰੂਪ ਵਿੱਚ ਜਾਰੀ ਕੀਤਾ ਜਾ ਸਕਦਾ ਹੈ। ਇਨੀਸ਼ੀਅਲ ਪਬਲਿਕ ਆਫਰ, ਰਾਈਟਸ ਇਸ਼ੂ ਅਤੇ ਪ੍ਰੈਫਰੈਂਸ਼ੀਅਲ ਇਸ਼ੂ। ਇਨੀਸ਼ੀਅਲ ਪਬਲਿਕ ਆਫਰ, ਇਹ ਇੱਕ ਕੰਪਨੀ ਦੁਆਰਾ ਸਿਕਿਉਰਿਟੀਜ਼ ਦੀ ਪਹਿਲੀ ਵਾਰ ਵਿਕਰੀ ਹੈ। IPO ਹੇਠ ਲਿਖੇ ਤਰੀਕਿਆਂ ਨਾਲ ਜਾਰੀ ਕਰ ਸਕਦੀ ਹੈ। ਪਬਲਿਕ ਇਸ਼ੂ ਥਰੂ ਪ੍ਰੋਸਪੈਕਟਸ, ਆਫਰ ਫੋਰ ਸੇਲ ਐਂਡ ਪ੍ਰਾਈਵੇਟ ਪਲੇਸਮੈਂਟ। ਪਬਲਿਕ ਇਸ਼ੂ ਥਰੂ ਪ੍ਰੋਸਪੈਕਟਸ, ਪਬਲਿਕ ਕੋਲੋਂ ਫੰਡ ਰੇਸ ਕਰਨ ਲਈ ਇੱਕ ਕੰਪਨੀ ਆਪਣੀ ਸਬਸਕ੍ਰਿਪਸ਼ਨ ਲਈ ਇੱਕ ਪ੍ਰੋਸਪੈਕਟਸ ਜਾਰੀ ਕਰ ਸਕਦੀ ਹੈ। ਜੇਕਰ ਇਨਵੈਸਟਰਸ ਇਸ਼ੂ ਨੂੰ ਸਬਸਕ੍ਰਾਈਬ ਕਰਨਾ ਚਾਹੁੰਣ, ਉਹ ਪ੍ਰਿਸਕ੍ਰਾਈਬਡ ਫੋਰਮ ਭਰਦੇ ਹਨ ਅਤੇ ਡੈਜ਼ਿਗਨੇਟਡ ਬੈਂਕ ਵਿੱਚ ਲੋੜੀਂਦੀ ਰਾਸ਼ੀ ਅਦਾ ਕਰਦੇ ਹਨ। ਪ੍ਰੋਸਪੈਕਟਸ ਵਿੱਚ ਕੰਪਨੀ ਬਾਰੇ ਬਿਜ਼ਨਸ ਦੇ ਰੂਪ ਨੂੰ ਪਹਿਲਾਂ ਹੀ ਲਿਆ ਜਾਂਦਾ ਹੈ। ਪ੍ਰਮੋਟਰਸ ਦੀ ਬੈਕਗਰਾਊਂਡ ਅਤੇ ਐਕਸਪੀਰੀਅੰਸ, ਉਦੇਸ਼ ਜਿਸ ਲਈ ਫੰਡ ਰੇਸ ਕੀਤਾ ਜਾਣਾ ਹੈ, ਕੰਪਨੀ ਦੀ ਪੁਰਾਣੀ ਫਾਈਨੈਂਸ਼ੀਅਲ ਪਰਫੋਰਮੈਂਸ ਦੀ ਵਿਸਤਾਰਪੂਰਵਕ ਜਾਣਕਾਰੀ ਹੁੰਦੀ ਹੈ। ਇਹ ਡੀਟੇਲਡ ਇਨਫੋਰਮੇਸ਼ਨ ਇਨਵੈਸਟਰਸ ਨੂੰ ਆਪਣਾ ਮਨ ਬਣਾਉਣ ਵਿੱਚ ਮਦਦ ਕਰੇਗੀ ਕਿ ਇਸ਼ੂ ਲਈ ਉਹਨਾਂ ਨੇ ਸਬਸਕ੍ਰਾਈਬ ਕਰਨਾ ਹੈ ਜਾਂ ਨਹੀਂ, ਕਿਉਂਕਿ ਕੰਪਨੀ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਣਾ ਪੈਂਦਾ ਹੈ। ਇਸ ਨੂੰ ਇੰਟਰਮੀਡੀਏਰੀਜ਼ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਬ੍ਰੋਕਰਸ, ਅੰਡਰਰਾਈਟਰਸ, ਬੈਂਕਰਸ ਆਦਿ। ਆਫਰ ਫੋਰ ਸੇਲ, ਇਸ ਵਿਧੀ ਤਹਿਤ ਕੰਪਨੀ ਸ਼ੇਅਰਸ ਨੂੰ ਇੰਟਰਮੀਡੀਏਰੀ ਨੂੰ ਵੇਚਦੀ ਹੈ, ਜੋ ਬਾਅਦ ਵਿੱਚ ਲੋਕਾਂ ਨੂੰ ਵੇਚਦਾ ਹੈ। ਬ੍ਰੋਕਰ ਕਈ ਵਾਰ ਇੱਕ ਨਿਰਧਾਰਿਤ ਕੀਮਤ 'ਤੇ ਕੰਪਨੀ ਦੇ ਸ਼ੇਅਰਸ ਨੂੰ ਖਰੀਦਦੇ ਹਨ। ਕੰਪਨੀ ਸ਼ੇਅਰਸ ਨੂੰ ਵੇਚਣ ਤੋਂ ਮੁਕਤ ਹੋ ਜਾਂਦੀ ਹੈ ਅਤੇ ਇਸ਼ੂ ਦੀ ਆਮਦਨ ਦੀ ਆਊਟਕਮ ਤੋਂ ਵੀ ਬ੍ਰੋਕਰ ਫਿਰ ਇਹਨਾਂ ਸ਼ੇਅਰਸ ਨੂੰ ਪਬਲਿਕ ਵਿੱਚ ਜ਼ਿਆਦਾ ਕੀਮਤ 'ਤੇ ਵੇਚਦੇ ਹਨ ਅਤੇ ਵਿਕਰੀ ਤੋਂ ਪ੍ਰੋਫਿਟ ਕਮਾਉਂਦੇ ਹਨ। ਪ੍ਰਾਈਵੇਟ ਪਲੇਸਮੈਂਟ, ਪ੍ਰਾਈਵੇਟ ਪਲੇਸਮੈਂਟ ਦੇ ਤਹਿਤ ਇੱਕ ਇੰਟਰਮੀਡੀਏਰੀ ਇੱਕ ਨਿਰਧਾਰਿਤ ਕੀਮਤ 'ਤੇ ਸਾਰੀਆਂ ਨਵੀਆਂ ਸਿਕਿਉਰਿਟੀਜ਼ ਨੂੰ ਖਰੀਦਦਾ ਹੈ ਅਤੇ ਫਿਰ ਇਸ ਨੂੰ ਸਿਲੈਕਟਿਡ ਪਰਸਨਸ ਨੂੰ ਇੱਕ ਜ਼ਿਆਦਾ ਕੀਮਤ 'ਤੇ ਵੇਚ ਦਿੰਦਾ ਹੈ। ਸਿਕਿਉਰਿਟੀਜ਼ ਦੀ ਆਫਰ ਆਮ ਇਨਵੈਸਟਰਸ ਲਈ ਨਹੀਂ ਹੁੰਦੀ, ਪਰੰਤੂ ਵਿਕਰੀ ਸਿਲੈਕਟਿਡ ਕਲਾਇੰਟਸ ਨੂੰ ਹੁੰਦੀ ਹੈ। ਫਿਰ ਇਹ ਇਹਨਾਂ ਸ਼ੇਅਰਸ ਜਾਂ ਡਿਬੈਂਚਰਸ ਨੂੰ ਪ੍ਰਾਈਵੇਟ ਇੰਸਟੀਟਿਊਸ਼ਨਸ ਜਿਵੇਂ ਇੰਸ਼ੋਰੈਂਸ ਕੰਪਨੀਜ਼, ਇਨਵੈਸਟਮੈਂਟ ਟਰੱਸਟ ਜਾਂ ਦੂਜੀਆਂ ਪਾਰਟੀਜ਼ ਨੂੰ ਦੇ ਦਿੰਦੇ ਹਨ। ਇਸ ਵਿਧੀ ਅੰਦਰ ਕੋਈ ਵੀ ਪ੍ਰੋਸਪੈਕਟਸ ਜਾਰੀ ਨਹੀਂ ਕੀਤਾ ਜਾਂਦਾ, ਕਿਉਂਕਿ ਸ਼ੇਅਰਸ ਨੂੰ ਨਿੱਜੀ ਤੌਰ 'ਤੇ ਰੱਖਿਆ ਜਾਂਦਾ ਹੈ। ਜਾਰੀ ਕਰਨ ਦੀ ਇਸ ਵਿਧੀ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ, ਕਿਉਂਕਿ ਇਹ ਉੱਚ ਲਾਗਤ ਵਾਲੀ ਅਤੇ ਕੰਪਨੀ ਨੂੰ ਬਹੁਤ ਸਾਰੀਆਂ ਉਲਝਣਾਂ ਤੋਂ ਬਚਾਉਂਦੀ ਹੈ। ਰਾਈਟਸ ਇਸ਼ੂ, ਜਦੋਂ ਇੱਕ ਐਗਜ਼ਿਸਟਿੰਗ ਕੰਪਨੀ ਨੂੰ ਐਡੀਸ਼ਨਲ ਕੈਪੀਟਲ ਰੇਸ ਕਰਨ ਦੀ ਲੋੜ ਹੁੰਦੀ ਹੈ ਤਾਂ ਉਸਨੂੰ ਇਹਨਾਂ ਸ਼ੇਅਰਸ ਨੂੰ ਐਗਜ਼ਿਸਟਿੰਗ ਸ਼ੇਅਰਹੋਲਡਰਸ ਨੂੰ ਆਫਰ ਕਰਨਾ ਹੁੰਦਾ ਹੈ। ਉਹ ਉਹਨਾਂ ਦੁਆਰਾ ਰੱਖੇ ਹੋਏ ਸ਼ੇਅਰਸ ਦੇ ਪ੍ਰਪੋਰਸ਼ਨ ਵਿੱਚ ਸ਼ੇਅਰਸ ਆਫਰ ਕਰਦੇ ਹਨ। ਸ਼ੇਅਰਹੋਲਡਰ ਉਹਨਾਂ ਸ਼ੇਅਰਸ ਨੂੰ ਮਾਰਕੀਟ ਕੀਮਤ ਤੋਂ ਆਮ ਤੌਰ 'ਤੇ ਘੱਟ ਕੀਮਤ 'ਤੇ ਰਾਈਟਸ ਸ਼ੇਅਰਸ ਲਈ ਸਬਸਕ੍ਰਾਈਬ ਕਰਦੇ ਹਨ। ਰਾਈਟਸ ਹੋਲਡਰ ਅਤੇ ਅਧਿਕਾਰ ਦੇ ਟ੍ਰਾਂਸਫਰ ਦੁਆਰਾ ਪ੍ਰੋਫਿਟ ਕਮਾਉਂਦੇ ਹਨ। ਇਹ ਸ਼ੇਅਰ ਕੈਪੀਟਲ ਨੂੰ ਰੇਸ ਕਰਨ ਲਈ ਸਭ ਤੋਂ ਸਸਤੀ ਵਿਧੀ ਹੈ, ਕਿਉਂਕਿ
ਵਿਧੀ ਵਿੱਚ ਸੀਮਿਤ ਲੋਕਾਂ ਨਾਲ ਕੰਟੈਕਟ ਕਰਨਾ ਪੈਂਦਾ ਹੈ। ਇਹ ਵਿਧੀ ਲਾਭਦਾਇਕ ਹੋਵੇਗੀ ਜੇਕਰ ਰੇਸ ਕੀਤੀ ਜਾਣ ਵਾਲੀ ਰਾਸ਼ੀ ਮਾਮੂਲੀ ਹੁੰਦੀ ਹੈ। ਪ੍ਰੀਫੈਂਸ਼ੀਅਲ ਇਸ਼ੂ ਇਹ ਸਿਲੈਕਟਿਡ ਪਰਸਨਸ ਨੂੰ ਸ਼ੇਅਰ ਦੇਣ ਲਈ ਕੀਤੀ ਜਾਣ ਵਾਲੀ ਪ੍ਰੈਕਟਿਸ ਹੈ। ਆਮ ਤੌਰ 'ਤੇ ਕੰਪਨੀ ਦੇ ਪ੍ਰਮੋਟਰਸ ਇਹਨਾਂ ਸ਼ੇਅਰਸ ਦੀ ਉਪਲਬਧ ਮਾਰਕੀਟ ਕੀਮਤ ਤੋਂ ਘੱਟ ਕੀਮਤ 'ਤੇ ਔਫਰ ਕੀਤੀ ਜਾਂਦੀ ਹੈ। ਅਜਿਹੇ ਇਸ਼ੂਜ਼ ਦੇ ਪ੍ਰੋਫਿਟ ਹਨ ਕਿ ਫੰਡਸ ਨੂੰ ਪਬਲਿਕ ਇਸ਼ੂ ਦੇ ਮੁਕਾਬਲੇ ਘੱਟ ਕੀਮਤ 'ਤੇ ਪ੍ਰਾਪਤ ਕੀਤਾ ਜਾਂਦਾ ਹੈ। ਇਸ ਪ੍ਰਕਾਰ ਪ੍ਰਾਇਮਰੀ ਮਾਰਕੀਟ ਇੱਕ ਮਹੱਤਵਪੂਰਨ ਭੂਮਿਕਾ ਇਹਨਾਂ ਅਰਥਾਂ ਵਿੱਚ ਨਿਭਾਉਂਦੀ ਹੈ ਕਿ ਇਹ ਲੌਂਗ ਟਰਮ ਦੇ ਨਿਵੇਸ਼ਾਂ ਲਈ ਬਚਤ ਨੂੰ ਚੈਨਲਾਈਜ਼ ਕਰਦੀ ਹੈ। ਸੇਵਿੰਗਸ ਨੂੰ ਪਿੰਨ ਸੈਕਟਰਸ ਨੂੰ ਐਲੋਕੇਟ ਕੀਤਾ ਜਾਂਦਾ ਹੈ। ਇਹ ਸਿਕਿਉਰਿਟੀਜ਼ ਦੇ ਨਵੇਂ ਇਸ਼ੂਜ ਨਾਲ ਡੀਲ ਕਰਦੀ ਹੈ। ਇਹ ਉਹਨਾਂ ਵਿਚਕਾਰ ਇੱਕ ਲਿੰਕ ਦੇ ਤੌਰ 'ਤੇ ਕੰਮ ਕਰਦੀ ਹੈ ਜਿਨ੍ਹਾਂ ਕੋਲ ਸਰਪਲਸ ਮਨੀ ਹੁੰਦੀ ਹੈ ਅਤੇ ਉਹ ਜੋ ਇਸ ਨੂੰ ਪ੍ਰੋਡਕਟਿਵ ਯੂਸਿਸ ਲਈ ਯੂਜ ਕਰਨਾ ਚਾਹੁੰਦੇ ਹਨ। ਸੇਵਿੰਗਸ ਨੂੰ ਦੇਸ਼ ਦੇ ਇਕਨੋਮਿਕ ਡਿਵੈਲਪਮੈਂਟ 'ਤੇ ਵਰਤਿਆ ਜਾਂਦਾ ਹੈ। ਇਹ ਇਕੁਇਟੀ ਅਤੇ ਡੈਟ ਦੇ ਲੌਂਗ ਟਰਮ ਦੇ ਸੋਰਸਿਸ ਨਾਲ ਡੀਲ ਕਰਦਾ ਹੈ। ਲੌਂਗ ਟਰਮ ਦੇ ਇਨਵੈਸਟਮੈਂਟ ਦੇ ਪੈਟਰਨ ਨੂੰ ਪ੍ਰਾਇਮਰੀ ਮਾਰਕੀਟ ਦੁਆਰਾ ਦ੍ਰਿੜ ਕੀਤਾ ਜਾਂਦਾ ਹੈ। ਇਹ ਸੇਵਿੰਗਸ ਨੂੰ ਤਿਆਰ ਕਰਨ ਲਈ ਬਹੁਤ ਸਾਰੇ ਇੰਟਰਮੀਡੀਏਟਸ ਦੀਆਂ ਸੇਵਾਵਾਂ ਨਾਲੇ ਪ੍ਰੋਫਿਟ ਉਠਾਉਂਦਾ ਹੈ। ਇਹ ਕਾਰਪੋਰੇਟ ਅਤੇ ਦੂਜੇ ਇਨਵੈਸਟਰਸ ਲਈ ਕੈਪੀਟਲ ਅਸੈਟਸ ਨੂੰ ਪ੍ਰਾਪਤ ਕਰਨ ਲਈ ਨਵੀਆਂ ਯੂਨਿਟਸ ਨੂੰ ਲਗਾਉਣ ਅਤੇ ਐਕਸਪੈਂਸ਼ਨ ਦੇ ਪਰਪਸਿਸ ਲਈ ਮਦਦ ਕਰਦਾ ਹੈ। ਆਰਗੇਨਾਈਜ਼ਡ ਮਾਰਕੀਟ ਦੀ ਦੂਜੀ ਕੈਟੇਗਰੀ ਹੈ ਸੈਕੰਡਰੀ ਮਾਰਕੀਟ। ਇਸ ਲਈ ਆਓ ਹੁਣ ਅਸੀਂ ਸੈਕੰਡਰੀ ਮਾਰਕੀਟ 'ਤੇ ਚਰਚਾ ਕਰਦੇ ਹਾਂ। ਸੈਕੰਡਰੀ ਮਾਰਕੀਟ ਨੂੰ ਸਟਾਕ ਮਾਰਕੀਟ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਜਿੱਥੇ ਮੌਜੂਦਾ ਸਿਕਿਉਰਿਟੀਜ਼ ਸ਼ੇਅਰਸ ਅਤੇ ਡਿਵੈਂਚਰਸ ਦਾ ਵਪਾਰ ਕੀਤਾ ਜਾਂਦਾ ਹੈ। ਸਟਾਕ ਐਕਸਚੇਂਜ ਐਗਜ਼ਿਸਟਿੰਗ ਸਿਕਿਉਰਿਟੀਜ਼ ਦੀ ਖਰੀਦ ਅਤੇ ਵਿਕਰੀ ਦੇ ਆਰਗੇਨਾਈਜ਼ਡ ਮੈਕੇਨਿਜ਼ਮ ਨੂੰ ਮੁਹੱਈਆ ਕਰਦਾ ਹੈ। ਇਨਵੈਸਟਰਸ ਆਪਣੀ ਇਨਵੈਸਟਮੈਂਟ ਲਈ ਲਿਕੁਇਡਿਟੀ ਚਾਹੁੰਦਾ ਹੈ। ਸਿਕਿਉਰਿਟੀਜ਼ ਜਿਹੜੀਆਂ ਉਹਨਾਂ ਕੋਲ ਹੁੰਦੀਆਂ ਹਨ ਆਰਾਮ ਨਾਲ ਵੇਚਦੇ ਹਨ ਜਦੋਂ ਉਹਨਾਂ ਨੂੰ ਕੈਸ਼ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਹੋਰ ਵੀ ਹੁੰਦੇ ਹਨ ਜੋ ਨਵੀਆਂ ਸਿਕਿਉਰਿਟੀਜ਼ ਵਿੱਚ ਇਨਵੈਸਟ ਕਰਨਾ ਚਾਹੁੰਦੇ ਹਨ। ਇਸ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਪਿੰਨ ਕੰਪਨੀਜ਼ ਦੀਆਂ ਸਿਕਿਉਰਿਟੀਜ਼ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਸਟਾਕ ਐਕਸਚੇਂਜਿਸ ਕਾਰਪੋਰੇਟ ਸੈਕਟਰ ਅਤੇ ਦੂਜੇ ਇੰਸਟੀਟਿਊਸ਼ਨਸ ਦੁਆਰਾ ਜਾਰੀ ਵੱਖ ਵੱਖ ਸਿਕਿਉਰਿਟੀਜ਼ ਲਈ ਆਰਗੇਨਾਈਜ਼ਡ ਅਤੇ ਰੈਗੂਲੇਟਡ ਮਾਰਕੀਟ ਹੈ। ਸੈਕੰਡਰੀ ਮਾਰਕੀਟ ਸਿਕਿਉਰਿਟੀਜ਼ ਦੀ ਓਨਰਸ਼ਿਪ ਨੂੰ ਟ੍ਰਾਂਸਫਰ ਕਰਨ ਵਿੱਚ ਮਦਦ ਕਰਦੀ ਹੈ। ਸਿਕਿਉਰਿਟੀਜ਼ ਲਈ ਬਾਇਰਸ ਅਤੇ ਸੈਲਰਸ ਹੁੰਦੇ ਹਨ ਅਤੇ ਸਟਾਕ ਐਕਸਚੇਂਜਿਸ ਇਹਨਾਂ ਟ੍ਰਾਂਜੈਕਸ਼ਨਸ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਨਵੈਸਟਰਸ ਕੋਲ ਸਿਕਿਉਰਿਟੀਜ਼ ਨੂੰ ਵੇਚਣ, ਸਿਕਿਉਰਿਟੀਜ਼ ਨੂੰ ਦੂਜਿਆਂ ਨੂੰ ਦੇਣ ਦੀ ਚੋਣ ਹੁੰਦੀ ਹੈ। ਟ੍ਰੇਡਿੰਗ ਨੂੰ ਈਜ਼ੀ ਕਰਨ ਲਈ ਸਟਾਕ ਐਕਸਚੇਂਜਿਸ ਨੇ ਵੱਖ ਵੱਖ ਰੂਲਸ ਐਂਡ ਰੈਗੂਲੇਸ਼ਨਸ ਬਾਇਰਸ ਅਤੇ ਸੈਲਰਸ ਲਈ ਬਣਾਏ ਹਨ। ਸੈਕੰਡਰੀ ਮਾਰਕੀਟ ਇਹਨਾਂ ਅਰਥਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਿਵੇਂ ਸੈਕੰਡਰੀ ਮਾਰਕੀਟ ਮਾਰਕੀਟ ਵਿੱਚ ਆਲਰੇਡੀ ਫਲੋਟਿਡ ਸਿਕਿਉਰਿਟੀਜ਼ ਨਾਲ ਡੀਲ ਕਰਦੀ ਹੈ। ਇਹ ਸਿਕਿਉਰਿਟੀਜ਼ ਦੀ ਪਰਚੇਸ ਅਤੇ ਸੇਲ ਲਈ ਇੱਕ ਤਿਆਰ ਮਾਰਕੀਟ ਪ੍ਰਦਾਨ ਕਰਦੀ ਹੈ। ਇਹ ਲੌਂਗ ਟਰਮ ਇਨਵੈਸਟਮੈਂਟਸ ਨੂੰ ਸ਼ੋਰਟ ਟਰਮ ਸਿਕਿਉਰਿਟੀਜ਼ ਵਿੱਚ ਉਹਨਾਂ ਦੀ ਵਿਕਰੀ ਦੁਆਰਾ ਬਦਲਣ ਲਈ ਇਨਵੈਸਟਰਸ ਦੀ ਮਦਦ ਕਰਦੀ ਹੈ। ਇਨਵੈਸਟਰਸ ਨੂੰ ਇਨਵੈਸਟ ਕਰਨ ਲਈ ਆਲਟਰਨੇਟਿਵ ਅਵੈਨਿਊਸ ਪ੍ਰਦਾਨ ਕਰਦੀ ਹੈ। ਟ੍ਰਾਂਜੈਕਸ਼ਨਸ ਨੂੰ ਈਜ਼ੀ ਬਣਾਉਣ ਲਈ ਰੂਲਸ ਐਂਡ ਪ੍ਰੋਸੀਜਰਸ ਬਣਾਏ ਗਏ ਹਨ। ਇਹ ਓਨਰਸ਼ਿਪ ਦੇ ਟ੍ਰਾਂਸਫਰ ਵਿੱਚ ਮਦਦ ਕਰਦਾ ਹੈ। ਸਿਕਿਉਰਿਟੀ ਮਾਰਕੀਟਸ ਨੂੰ ਉਚਿਤ ਤੌਰ 'ਤੇ ਰੈਗੂਲੇਟ ਕਰਦਾ ਹੈ। ਇਨਵੈਸਟਰਸ ਨੂੰ ਟ੍ਰਾਂਜੈਕਸ਼ਨਸ ਨੂੰ ਰੈਗੂਲੇਟ ਕਰਨ ਦੁਆਰਾ ਪ੍ਰੋਟੈਕਸ਼ਨ ਪ੍ਰਦਾਨ ਕਰਦਾ ਹੈ। ਇਨਵੈਸਟਰਸ ਆਪਣੇ ਇਨਵੈਸਟਮੈਂਟਸ ਨੂੰ ਪ੍ਰੋਫਿਟੇਬਲ ਸਿਕਿਉਰਿਟੀਜ਼ ਨੂੰ ਬਦਲਣ ਲਈ ਆਜ਼ਾਦ ਹੁੰਦੇ ਹਨ। ਹੁਣ ਅਸੀਂ ਆਰਗੇਨਾਈਜ਼ਡ ਮਾਰਕੀਟ ਦੀ ਤੀਜੀ ਸ਼੍ਰੇਣੀ 'ਤੇ ਚਰਚਾ ਕਰਦੇ ਹਾਂ, ਭਾਵ ਕਿ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ।
ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਇੰਡੀਅਨ ਕੈਪੀਟਲ ਮਾਰਕੀਟ ਦੇ ਬਹੁਤ ਕੰਸਟੀਟਿਊਐਂਟ ਵਾਲਾ ਭਾਗ ਹੈ। ਅਜਿਹੀਆਂ ਆਰਗੇਨਾਈਜੇਸ਼ਨਸ ਮੀਡੀਅਮ ਅਤੇ ਲੌਂਗ ਟਰਮ ਲੋਨਸ ਬਿਗ ਬਿਜ਼ਨਸ ਹਾਊਸਿਸ ਨੂੰ ਈਜ਼ੀ ਇੰਸਟਾਲਮੈਂਟਸ ਤੇ ਪ੍ਰਦਾਨ ਕਰਦੀਆਂ ਹਨ। ਅਜਿਹੀ ਇੰਸਟੀਟਿਊਸ਼ਨਸ ਨਵੀਆਂ ਕੰਪਨੀਜ਼ ਐਕਸਪੈਂਸ਼ਨ ਅਤੇ ਐਗਜ਼ਿਸਟਿੰਗ ਕੰਪਨੀਜ਼ ਦੇ ਡਿਵਲਪਮੈਂਟ ਅਤੇ ਇਕਨੋਮਿਕ ਡਿਪਰੈਸ਼ਨ ਦੌਰਾਨ ਕੰਪਨੀਜ਼ ਦੀ ਫਾਈਨੈਂਸ਼ੀਅਲ ਨੀਡਸ ਨੂੰ ਪੂਰਾ ਕਰਨ ਲਈ ਹੈਲਪ ਕਰਦੀਆਂ ਹਨ। ਆਓ ਅਸੀਂ ਪ੍ਰਾਇਮਰੀ ਮਾਰਕੀਟ ਅਤੇ ਸੈਕੰਡਰੀ ਮਾਰਕੀਟ ਵਿਚਕਾਰ ਅੰਤਰ ਕਰਦੇ ਹਾਂ। ਔਨ ਦ ਬੇਸਿਸ ਆਫ ਨੇਚਰ, ਔਨ ਦ ਬੇਸਿਸ ਆਫ ਇਸ਼ੂਸ, ਔਨ ਦ ਬੇਸਿਸ ਆਫ ਕਵਰੇਜ, ਔਨ ਦ ਬੇਸਿਸ ਆਫ ਪਰਪਸ, ਔਨ ਦ ਬੇਸਿਸ ਆਫ ਟਾਈਮ ਅਤੇ ਔਨ ਦ ਬੇਸਿਸ ਆਫ ਸੋਰਸ। ਔਨ ਦ ਬੇਸਿਸ ਆਫ ਨੇਚਰ, ਪ੍ਰਾਇਮਰੀ ਮਾਰਕੀਟ ਲੌਂਗ ਟਰਮ ਇਨਵੈਸਟਮੈਂਟਸ ਵਿੱਚ ਸੇਵਿੰਗਸ ਨੂੰ ਚੈਨਲਾਈਜ਼ ਕਰਦੀ ਹੈ, ਜਦੋਂ ਕਿ ਸੈਕੰਡਰੀ ਮਾਰਕੀਟ ਲੌਂਗ ਟਰਮ ਇਨਵੈਸਟਮੈਂਟ ਅਵੈਨਿਊਜ਼ ਲਈ ਵਾਧੂ ਫੰਡ ਪ੍ਰਦਾਨ ਕਰਦੀ ਹੈ। ਔਨ ਦ ਬੇਸਿਸ ਆਫ ਇਸ਼ੂਜ਼, ਪ੍ਰਾਇਮਰੀ ਮਾਰਕੀਟ ਸਿਕਿਉਰਿਟੀਜ਼ ਦੇ ਨਵੇਂ ਜਾਰੀ ਹੋਣ ਨਾਲ ਡੀਲ ਕਰਦੀ ਹੈ ਅਤੇ ਸੈਕੰਡਰੀ ਮਾਰਕੀਟ ਮਾਰਕੀਟ ਵਿੱਚ ਐਗਜ਼ਿਸਟਿੰਗ ਸਿਕਿਉਰਿਟੀਜ਼ ਨਾਲ ਡੀਲ ਕਰਦੀ ਹੈ। ਔਨ ਦ ਬੇਸਿਸ ਆਫ ਕਵਰੇਜ, ਪ੍ਰਾਇਮਰੀ ਮਾਰਕੀਟ ਕੇਵਲ ਕਾਰਪੋਰੇਟ ਸੈਕਟਰ ਦੀਆਂ ਸਿਕਿਉਰਿਟੀਜ਼ ਨੂੰ ਕਵਰ ਕਰਦੀ ਹੈ, ਜਦੋਂ ਕਿ ਸੈਕੰਡਰੀ ਮਾਰਕੀਟ ਉਹਨਾਂ ਸਾਰਿਆਂ ਦੀ ਮਦਦ ਕਰਦੀ ਹੈ ਜੋ ਸਿਕਿਉਰਿਟੀਜ਼ ਵਿੱਚ ਇਨਵੈਸਟ ਕਰਨਾ ਚਾਹੁੰਦੇ ਹਨ। ਔਨ ਦ ਬੇਸਿਸ ਆਫ ਪਰਪਸ, ਪ੍ਰਾਇਮਰੀ ਮਾਰਕੀਟ ਸੇਵਰਸ ਅਤੇ ਉਹਨਾਂ ਵਿਚਕਾਰ ਜਿਨ੍ਹਾਂ ਨੂੰ ਲੌਂਗ ਟਰਮ ਲੋਨ ਦੀ ਲੋੜ ਹੁੰਦੀ ਹੈ ਇੱਕ ਲਿੰਕ ਹੈ, ਜਦੋਂ ਕਿ ਸੈਕੰਡਰੀ ਮਾਰਕੀਟ ਸਿਕਿਉਰਿਟੀਜ਼ ਦੇ ਬਾਇਰਸ ਅਤੇ ਸੈਲਰਸ ਨੂੰ ਜੋੜਦੀ ਹੈ। ਔਨ ਦ ਬੇਸਿਸ ਆਫ ਟਾਈਮ, ਪ੍ਰਾਇਮਰੀ ਮਾਰਕੀਟ ਦੀ ਸੂਰਤ ਵਿੱਚ ਇਨਵੈਸਟਮੈਂਟ ਦਾ ਪੀਰੀਅਡ ਲੰਬਾ ਹੁੰਦਾ ਹੈ, ਦੂਜੇ ਪਾਸੇ ਇਨਵੈਸਟਮੈਂਟ ਦਾ ਪੀਰੀਅਡ ਸ਼ੋਰਟ ਅਤੇ ਮੀਡੀਅਮ ਹੁੰਦਾ ਹੈ ਸੈਕੰਡਰੀ ਮਾਰਕੀਟ ਦੀ ਸੂਰਤ ਅੰਦਰ। ਔਨ ਦ ਬੇਸਿਸ ਆਫ ਸੋਰਸ, ਪ੍ਰਾਇਮਰੀ ਮਾਰਕੀਟ ਕਾਰਪੋਰੇਟ ਸੈਕਟਰ ਦੀਆਂ ਫਾਈਨੈਂਸ਼ੀਅਲ ਨੀਡਸ ਨੂੰ ਪੂਰਾ ਕਰਦੀ ਹੈ, ਜਦੋਂ ਕਿ ਸੈਕੰਡਰੀ ਮਾਰਕੀਟ ਸਿਕਿਉਰਿਟੀਜ਼ ਦੀ ਮਾਰਕੀਟ ਪ੍ਰਦਾਨ ਕਰਦੀ ਹੈ। ਆਓ ਹੁਣ ਸੰਖੇਪ ਕਰੀਏ ਕਿ ਅਸੀਂ ਇਸ ਐਪੀਸੋਡ ਵਿੱਚ ਕੀ ਸਿੱਖਿਆ ਹੈ। ਕੈਪੀਟਲ ਮਾਰਕੀਟ ਸਪਲਾਇਰਸ ਅਤੇ ਫੰਡਸ ਦੇ ਯੂਜ਼ਰਸ ਅਤੇ ਏਜੰਸੀਜ਼ ਅਤੇ ਇੰਸਟੀਟਿਊਸ਼ਨਸ ਜਿਹੜੇ ਫੰਡਸ ਦੇ ਫਲੋ ਵਿੱਚ ਸਹਾਇਕ ਹੁੰਦੇ ਹਨ ਤੋਂ ਬਣੀ ਇੱਕ ਔਰਗਨਾਈਜ਼ਡ ਮਾਰਕੀਟ ਹੈ। ਫੰਡਸ ਦੇ ਸਪਲਾਇਰਸ ਵਿੱਚ ਸ਼ਾਮਿਲ ਹਨ ਬੈਂਕਸ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਇਨਵੈਸਟਿੰਗ ਪਬਲਿਕ, ਪ੍ਰੋਵੀਡੈਂਟ ਫੰਡਸ, ਇੰਸ਼ੋਰੈਂਸ ਕੰਪਨੀਜ਼, ਮਿਊਚੁਅਲ ਫੰਡ ਆਦਿ। ਫੰਡਸ ਦੇ ਯੂਜ਼ਰਸ ਬਿਜ਼ਨਸ ਐਂਟਰਪ੍ਰਾਈਜ਼ਸ, ਗਵਰਨਮੈਂਟ ਅਤੇ ਸੈਮੀ ਗਵਰਨਮੈਂਟ ਏਜੰਸੀਜ਼ ਆਦਿ ਤੋਂ ਬਣਦੇ ਹਨ। ਕੈਪੀਟਲ ਮਾਰਕੀਟ ਵਿੱਚ ਹੇਠ ਲਿਖੇ ਸ਼ਾਮਿਲ ਹਨ: ਨਵੇਂ ਸ਼ੇਅਰਸ ਨੂੰ ਜਾਰੀ ਕਰਨ ਦੁਆਰਾ ਨਵੀਂ ਕੈਪੀਟਲ ਰੇਸ ਕਰਨਾ, ਨਵੇਂ ਡਿਵੈਂਚਰਸ ਨੂੰ ਜਾਰੀ ਕਰਕੇ ਬੋਰੋਇੰਗਸ ਨੂੰ ਰੇਸ ਕਰਨਾ, ਇਨਲੈਂਡ ਅਤੇ ਫੋਰਨ ਬੈਂਕ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੁਆਰਾ ਲੌਂਗ ਟਰਮ ਲੋਨ ਰੇਸ ਕਰਨਾ। ਕੈਪੀਟਲ ਮਾਰਕੀਟ ਦੇ ਵੱਖ ਵੱਖ ਐਲੀਮੈਂਟਸ ਹਨ: ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਇਨਵੈਸਟਰਸ, ਸਿਕਿਉਰਿਟੀਜ਼ ਅਤੇ ਇੰਟਰਮੀਡੀਅਰੀਸ। ਕੈਪੀਟਲ ਮਾਰਕੀਟ ਦੇ ਨੇਚਰ ਅਤੇ ਕੈਰੇਕਟਰਿਸਟਿਕਸ ਹਨ: ਸੋਰਸ ਆਫ ਲੌਂਗ ਟਰਮ ਫੰਡਸ, ਡੀਲਸ ਇਨ ਇਕੁਇਟੀ ਐਂਡ ਡੈਟ ਇੰਸਟਰੂਮੈਂਟਸ, ਪ੍ਰਾਇਮਰੀ ਐਂਡ ਸੈਕੰਡਰੀ ਮਾਰਕੀਟਸ, ਫਾਈਨੈਂਸ਼ੀਅਲ ਇੰਟਰਮੀਡੀਅਰੀਸ, ਸਕੈਟਰਡ ਐਂਡ ਸੈਂਟਰਲ ਪਲੇਸਿਸ ਫੋਰ ਐਕਟੀਵਿਟੀਜ਼, ਇਨਫੋਰਮੇਸ਼ਨ ਆਫ ਇਨਵੈਸਟਰਸ, ਮੋਬਿਲਾਈਜੇਸ਼ਨ ਆਫ ਸੇਵਿੰਗਸ, ਫਲੋ ਆਫ ਕੈਪੀਟਲ, ਡਿਮਾਂਡ ਐਂਡ ਸਪਲਾਈ ਅਤੇ ਲਿਕੁਇਡਿਟੀ। ਕੈਪੀਟਲ ਮਾਰਕੀਟ ਨੂੰ ਦੋ ਕੈਟੇਗਰੀਜ਼ ਵਿੱਚ ਵੰਡਿਆ ਜਾ ਸਕਦਾ ਹੈ: ਔਰਗਨਾਈਜ਼ਡ ਕੈਪੀਟਲ ਮਾਰਕੀਟ ਅਤੇ ਅਨਔਰਗਨਾਈਜ਼ਡ ਕੈਪੀਟਲ ਮਾਰਕੀਟ। ਔਰਗਨਾਈਜ਼ਡ ਕੈਪੀਟਲ ਮਾਰਕੀਟ ਨੂੰ ਵੰਡਿਆ ਜਾ ਸਕਦਾ ਹੈ ਪ੍ਰਾਇਮਰੀ ਮਾਰਕੀਟ, ਸੈਕੰਡਰੀ ਮਾਰਕੀਟ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਪ੍ਰਾਇਮਰੀ ਮਾਰਕੀਟ ਨੂੰ ਨਿਊ ਇਸ਼ੂ ਮਾਰਕੀਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਾਰਕੀਟ ਨਵੀਆਂ ਸਿਕਿਉਰਿਟੀਜ਼ ਦੇ ਇਸ਼ੂ ਕਰਨ ਨਾਲ ਬਣਦੀ ਹੈ, ਭਾਵ ਕਿ ਸ਼ੇਅਰਸ, ਡਿਬੈਂਚਰਸ, ਬੋਂਡਸ ਆਦਿ, ਜੋ ਕਿ ਪਹਿਲਾਂ ਕਦੇ ਵੀ ਜਾਰੀ ਨਹੀਂ ਕੀਤੀਆਂ ਹੋਈਆਂ। ਪ੍ਰਾਇਮਰੀ ਮਾਰਕੀਟ ਵਿੱਚ ਲੌਂਗ ਟਰਮ ਦੇ ਸੋਰਸਿਸ ਸ਼ਾਮਿਲ ਹਨ, ਜਿਵੇਂ ਕਿ ਇਕੁਇਟੀ ਸ਼ੇਅਰਸ, ਡਿਬੈਂਚਰਸ, ਬੋਂਡਸ, ਪ੍ਰੈਫਰੈਂਸ ਸ਼ੇਅਰਸ ਜਾਂ ਦੂਜੇ ਇਨੋਵੇਟਿੰਗ ਇੰਸਟਰੂਮੈਂਟਸ।
ਇਹਨਾਂ ਸਿਕਿਉਰਿਟੀਜ਼ ਨੂੰ ਹੇਠ ਲਿਖੀ ਕਿਸੇ ਵਿਧੀ ਦੇ ਰੂਪ ਵਿੱਚ ਜਾਰੀ ਕੀਤਾ ਜਾ ਸਕਦਾ ਹੈ। ਇਨੀਸ਼ੀਅਲ ਪਬਲਿਕ ਆਫਰ, ਰਾਈਟਸ ਇਸ਼ੂ ਅਤੇ ਪ੍ਰੀਫਰੈਂਸ਼ੀਅਲ ਇਸ਼ੂ। ਇਨੀਸ਼ੀਅਲ ਪਬਲਿਕ ਆਫਰ ਹੇਠ ਲਿਖੇ ਤਰੀਕਿਆਂ ਨਾਲ ਜਾਰੀ ਕਰ ਸਕਦੀ ਹੈ। ਪਬਲਿਕ ਇਸ਼ੂ ਥਰੂ ਪ੍ਰੋਸਪੈਕਟਸ, ਆਫਰ ਫੋਰ ਸੇਲ ਅਤੇ ਪ੍ਰਾਈਵੇਟ ਪਲੇਸਮੈਂਟ। ਪ੍ਰਾਇਮਰੀ ਮਾਰਕੀਟ ਦਾ ਰੋਲ, ਇਹ ਲੌਂਗ ਟਰਮ ਦੇ ਨਿਵੇਸ਼ਾਂ ਲਈ ਬਚਤ ਨੂੰ ਚੈਨਲਾਈਜ਼ ਕਰਦੀ ਹੈ। ਸੇਵਿੰਗਸ ਨੂੰ ਪਿੰਨ ਸੈਕਟਰਸ ਨੂੰ ਐਲੋਕੇਟ ਕੀਤਾ ਜਾਂਦਾ ਹੈ। ਇਹ ਸਿਕਿਉਰਿਟੀਜ਼ ਦੇ ਨਵੇਂ ਇਸ਼ੂਜ ਨਾਲ ਡੀਲ ਕਰਦੀ ਹੈ। ਇਹ ਉਹਨਾਂ ਵਿਚਕਾਰ ਇੱਕ ਲਿੰਕ ਦੇ ਤੌਰ 'ਤੇ ਕੰਮ ਕਰਦੀ ਹੈ ਜਿਨ੍ਹਾਂ ਕੋਲ ਸਰਪਲਸ ਮਨੀ ਹੁੰਦੀ ਹੈ ਅਤੇ ਉਹ ਜੋ ਇਸ ਨੂੰ ਪ੍ਰੋਡਕਟਿਵ ਯੂਸਿਸ ਲਈ ਯੂਜ਼ ਕਰਨਾ ਚਾਹੁੰਦੇ ਹਨ। ਸੇਵਿੰਗਸ ਨੂੰ ਦੇਸ਼ ਦੇ ਇਕਨੋਮਿਕ ਡਿਵੈਲਪਮੈਂਟ 'ਤੇ ਵਰਤਿਆ ਜਾਂਦਾ ਹੈ। ਇਹ ਇਕੁਇਟੀ ਅਤੇ ਡੈਟ ਦੇ ਲੌਂਗ ਟਰਮ ਦੇ ਸੋਰਸਿਸ ਨਾਲ ਡੀਲ ਕਰਦਾ ਹੈ। ਲੌਂਗ ਟਰਮ ਦੇ ਇਨਵੈਸਟਮੈਂਟ ਦੇ ਪੈਟਰਨ ਨੂੰ ਪ੍ਰਾਇਮਰੀ ਮਾਰਕੀਟ ਦੁਆਰਾ ਦ੍ਰਿੜ ਕੀਤਾ ਜਾਂਦਾ ਹੈ। ਇਹ ਸੇਵਿੰਗਸ ਨੂੰ ਤਿਆਰ ਕਰਨ ਲਈ ਬਹੁਤ ਸਾਰੇ ਇੰਟਰਮੀਡੀਏਟਸ ਦੀਆਂ ਸੇਵਾਵਾਂ ਨਾਲੇ ਪ੍ਰੋਫਿਟ ਉਠਾਉਂਦਾ ਹੈ। ਇਹ ਕਾਰਪੋਰੇਟ ਅਤੇ ਦੂਜੇ ਇਨਵੈਸਟਰਸ ਲਈ ਕੈਪੀਟਲ ਅਸੈਟਸ ਨੂੰ ਪ੍ਰਾਪਤ ਕਰਨ ਲਈ ਨਵੀਆਂ ਯੂਨਿਟਸ ਨੂੰ ਲਗਾਉਣ ਅਤੇ ਐਕਸਪੈਂਸ਼ਨ ਦੇ ਪਰਪਸਿਸ ਲਈ ਮਦਦ ਕਰਦਾ ਹੈ। ਸੈਕੰਡਰੀ ਮਾਰਕੀਟ ਨੂੰ ਸਟਾਕ ਮਾਰਕੀਟ ਦੇ ਵਜੋਂ ਵੀ ਜਾਣਿਆ ਜਾਂਦਾ ਹੈ, ਜਿੱਥੇ ਮੌਜੂਦਾ ਸਿਕਿਉਰਿਟੀਜ਼, ਸ਼ੇਅਰਸ ਅਤੇ ਡਿਵੈਂਚਰਸ ਦਾ ਵਪਾਰ ਕੀਤਾ ਜਾਂਦਾ ਹੈ। ਸਟਾਕ ਐਕਸਚੇਂਜ ਐਗਜ਼ਿਸਟਿੰਗ ਸਿਕਿਉਰਿਟੀਜ਼ ਦੀ ਖਰੀਦ ਅਤੇ ਵਿਕਰੀ ਦੇ ਆਰਗੇਨਾਈਜ਼ਡ ਮੈਕੇਨਿਜ਼ਮ ਨੂੰ ਮੁਹੱਈਆ ਕਰਦਾ ਹੈ। ਇਨਵੈਸਟਰਸ ਆਪਣੀ ਇਨਵੈਸਟਮੈਂਟ ਲਈ ਲਿਕੁਇਡਿਟੀ ਚਾਹੁੰਦਾ ਹੈ। ਸਿਕਿਉਰਿਟੀਜ਼ ਜਿਹੜੀਆਂ ਉਹਨਾਂ ਕੋਲ ਹੁੰਦੀਆਂ ਹਨ ਆਰਾਮ ਨਾਲ ਵੇਚਦੇ ਹਨ ਜਦੋਂ ਉਹਨਾਂ ਨੂੰ ਕੈਸ਼ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਹੋਰ ਵੀ ਹੁੰਦੇ ਹਨ ਜੋ ਨਵੀਆਂ ਸਿਕਿਉਰਿਟੀਜ਼ ਵਿੱਚ ਇਨਵੈਸਟ ਕਰਨਾ ਚਾਹੁੰਦੇ ਹਨ। ਇਸ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਪਿੰਨ ਕੰਪਨੀਜ਼ ਦੀਆਂ ਸਿਕਿਉਰਿਟੀਜ਼ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਸੈਕੰਡਰੀ ਮਾਰਕੀਟ ਦੀ ਭੂਮਿਕਾ। ਸੈਕੰਡਰੀ ਮਾਰਕੀਟ ਮਾਰਕੀਟ ਵਿੱਚ ਆਲਰੇਡੀ ਫਲੋਟਿਡ ਸਿਕਿਉਰਿਟੀਜ਼ ਨਾਲ ਡੀਲ ਕਰਦੀ ਹੈ। ਇਹ ਸਿਕਿਉਰਿਟੀਜ਼ ਦੀ ਪਰਚੇਜ਼ ਅਤੇ ਸੇਲ ਲਈ ਇੱਕ ਤਿਆਰ ਮਾਰਕੀਟ ਪ੍ਰਦਾਨ ਕਰਦੀ ਹੈ। ਇਹ ਲੌਂਗ ਟਰਮ ਇਨਵੈਸਟਮੈਂਟਸ ਨੂੰ ਸ਼ੋਰਟ ਟਰਮ ਸਿਕਿਉਰਿਟੀਜ਼ ਵਿੱਚ ਉਹਨਾਂ ਦੀ ਵਿਕਰੀ ਦੁਆਰਾ ਬਦਲਣ ਲਈ ਇਨਵੈਸਟਰਸ ਦੀ ਮਦਦ ਕਰਦੀ ਹੈ। ਇਨਵੈਸਟਰਸ ਨੂੰ ਇਨਵੈਸਟ ਕਰਨ ਲਈ ਆਲਟਰਨੇਟਿਵ ਅਵੈਨਿਊਜ਼ ਪ੍ਰਦਾਨ ਕਰਦੀ ਹੈ। ਟ੍ਰਾਂਜੈਕਸ਼ਨਸ ਨੂੰ ਈਜ਼ੀ ਬਣਾਉਣ ਲਈ ਰੂਲਸ ਐਂਡ ਪ੍ਰੋਸੀਜਰਸ ਬਣਾਏ ਗਏ ਹਨ। ਇਹ ਓਨਰਸ਼ਿਪ ਦੇ ਟ੍ਰਾਂਸਫਰ ਵਿੱਚ ਮਦਦ ਕਰਦਾ ਹੈ। ਸਿਕਿਉਰਿਟੀ ਮਾਰਕੀਟਸ ਨੂੰ ਉਚਿਤ ਤੌਰ 'ਤੇ ਰੈਗੂਲੇਟ ਕਰਦਾ ਹੈ। ਇਨਵੈਸਟਰਸ ਨੂੰ ਟ੍ਰਾਂਜੈਕਸ਼ਨਸ ਨੂੰ ਰੈਗੂਲੇਟ ਕਰਨ ਦੁਆਰਾ ਪ੍ਰੋਟੈਕਸ਼ਨ ਪ੍ਰਦਾਨ ਕਰਦਾ ਹੈ। ਇਨਵੈਸਟਰਸ ਆਪਣੇ ਇਨਵੈਸਟਮੈਂਟਸ ਨੂੰ ਪ੍ਰੋਫਿਟੇਬਲ ਸਿਕਿਉਰਿਟੀਜ਼ ਨੂੰ ਬਦਲਣ ਲਈ ਆਜ਼ਾਦ ਹੁੰਦੇ ਹਨ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਇੰਡੀਅਨ ਕੈਪੀਟਲ ਮਾਰਕੀਟ ਦੇ ਬਹੁਤ ਕੰਸਟੀਟਿਊਐਂਟ ਵਾਲਾ ਭਾਗ ਹੈ। ਅਜਿਹੀਆਂ ਆਰਗੇਨਾਈਜੇਸ਼ਨਸ ਮੀਡੀਅਮ ਅਤੇ ਲੌਂਗ ਟਰਮ ਲੋਨਸ ਬਿਗ ਬਿਜ਼ਨਸ ਹਾਊਸਿਸ ਨੂੰ ਈਜ਼ੀ ਇੰਸਟਾਲਮੈਂਟਸ 'ਤੇ ਪ੍ਰਦਾਨ ਕਰਦੀਆਂ ਹਨ। ਅਸੀਂ ਪ੍ਰਾਇਮਰੀ ਅਤੇ ਸੈਕੰਡਰੀ ਮਾਰਕੀਟ ਵਿੱਚ ਅੰਤਰ ਕਰ ਸਕਦੇ ਹਾਂ। ਨੇਚਰ, ਇਸ਼ੂਜ, ਕਵਰੇਜ, ਪਰਪਸ, ਟਾਈਮ ਅਤੇ ਸੋਰਸਿਸ ਦੇ ਬੇਸ 'ਤੇ। ਇਸ ਐਪੀਸੋਡ ਵਿੱਚ ਅਸੀਂ ਕੈਪੀਟਲ ਮਾਰਕੀਟ ਦੇ ਮੀਨਿੰਗ, ਨੇਚਰ, ਟਾਈਪਸ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਮਾਰਕੀਟ ਵਿੱਚ ਅੰਤਰ ਬਾਰੇ ਸਿੱਖਿਆ ਹੈ। ਉਮੀਦ ਕਰਦੀ ਹਾਂ ਤੁਹਾਨੂੰ ਐਪੀਸੋਡ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।